ਇਸ ਵਕਤ ਦੀ ਬੜੀ ਅਹਿਮ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣ ਜਾ ਰਹੇ ਹਾਂ, ਜੋ ਤੁਹਾਡੇ ਸਭ ਦੇ ਲਈ ਜਾਣਨੀ ਬਹੁਤ ਲਾਜ਼ਮੀ ਹੈ, ਕਿਉਂਕਿ ਅਗਰ ਤੁਸੀਂ ਇਸ ਖਬਰ ਨੂੰ ਇਗਨੋਰ ਕਰਤਾ ਤਾਂ ਤੁਹਾਡਾ ਵੱਡਾ ਨੁਕਸਾਨ ਵੀ ਹੋ ਸਕਦਾ ਹੈ। ਜੀ ਹਾਂ, ਅੱਜ ਜੂਨ ਮਹੀਨੇ ਦਾ ਆਖਰੀ ਦਿਨ ਹੈ ਅਤੇ ਭਲਕੇ ਸਮੁੱਚੇ ਦੇਸ਼ ਅੰਦਰ ਵੱਡੇ ਬਦਲਾਵ ਹੋਣ ਜਾ ਰਹੇ ਨੇ, ਜੋ ਦੇਸ਼ ਦੇ ਹਰ ਨਾਗਰਿਕ ਨੂੰ ਜਾਣਨੇ ਬਹੁਤ ਜ਼ਰੂਰੀ ਨੇ। ਖਬਰ ਨਸ਼ਰ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਥੱਲੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਲੇਟੈਸਟ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚਿਆ ਕਰਨਗੀਆਂ। ਤਾਂ ਖਬਰ ਦੀ ਸ਼ੁਰੂਆਤ ਕਰਦੇ ਹਾਂ। ਜੂਨ ਦਾ ਮਹੀਨਾ ਖਤਮ ਹੋਣ ਜਾ ਰਿਹਾ ਅਤੇ ਭਲਕੇ ਜੁਲਾਈ ਦੀ ਸ਼ੁਰੂਆਤ ਹੋ ਜਾਵੇਗੀ। ਅਜਿਹੇ 'ਚ ਸਿਰਫ ਕੁਝ ਘੰਟਿਆਂ ਦਾ ਹੀ ਸਮਾਂ ਬਚਿਆ ਅਤੇ ਉਸਦੇ ਬਾਅਦ ਯਾਨੀ ਭਲਕੇ ਜੁਲਾਈ ਮਹੀਨੇ ਦੀ ਪਹਿਲੀ ਤਰੀਕ ਤੋਂ ਦੇਸ਼ ਦੇ ਅੰਦਰ ਕਈ ਵੱਡੇ ਬਦਲਾਵ ਦੇਖਣ ਨੂੰ ਮਿਲਣਗੇ, ਜੋ ਸਿੱਧੇ ਤੁਹਾਡੇ ਘਰ ਦੀ ਰਸੋਈ ਤੋਂ ਲੈ ਕੇ ਤੁਹਾਡੇ ਬੈਂਕ ਅਕਾਊਂਟ ਅਤੇ ਮੋਬਾਈਲ ਫੋਨ 'ਤੇ ਅਸਰ ਪਾ ਸਕਦੇ ਹਨ। ਇਸ ਦੇ ਵਿੱਚ LPG ਸਿਲੰਡਰ ਦੀ ਕੀਮਤ ਤੋਂ ਲੈ ਕੇ ਕ੍ਰੈਡਿਟ ਕਾਰਡ ਦੇ ਨਿਯਮ ਤੱਕ ਸ਼ਾਮਿਲ ਹਨ। ਇਹ ਸਿੱਧੇ ਤੁਹਾਡੇ ਪੈਸੇ ਦੇ ਨਾਲ ਜੁੜੇ ਹੋਏ ਹਨ। ਤਾਂ ਆਓ ਅਜਿਹੇ 5 ਵੱਡੇ ਬਦਲਾਅ ਤੁਹਾਨੂੰ ਦੱਸਦੇ ਹਾਂ, ਜਿਨ੍ਹਾਂ ਨੂੰ ਜਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। 1 ਜੁਲਾਈ ਤੋਂ ਕ੍ਰੈਡਿਟ ਕਾਰਡ ਬਿੱਲ ਪੇਮੈਂਟ ਦੇ ਨਾਲ ਜੁੜੇ ਨਿਯਮ ਦੇ ਵਿੱਚ ਵੱਡਾ ਬਦਲਾਅ ਹੋਣ ਵਾਲਾ ਹੈ। ਇਸ ਦੇ ਬਾਅਦ ਕੁਝ ਪੇਮੈਂਟ ਪਲੇਟਫਾਰਮ ਦੇ ਜ਼ਰੀਏ ਬਿੱਲ ਪੇਮੈਂਟ ਦੇ ਵਿੱਚ ਦਿੱਕਤ ਆ ਸਕਦੀ ਹੈ, ਕਿਉਂਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਨਵੇਂ ਰੈਗੂਲੇਸ਼ਨ ਦੇ ਮੁਤਾਬਿਕ 1 ਜੁਲਾਈ ਤੋਂ ਸਾਰੇ ਕ੍ਰੈਡਿਟ ਕਾਰਡ ਬਿੱਲ ਪੇਮੈਂਟ ਭਾਰਤ ਬਿੱਲ ਪੇਮੈਂਟ ਸਿਸਟਮ ਯਾਨੀ BBPS ਦੇ ਜ਼ਰੀਏ ਕੀਤੇ ਜਾਣੇ ਚਾਹੀਦੇ ਹਨ। ਯਾਨੀ 1 ਜੁਲਾਈ ਤੋਂ ਭਾਰਤ ਬਿੱਲ ਪੇਮੈਂਟ ਸਿਸਟਮ ਦੇ ਜ਼ਰੀਏ ਹੀ ਬਿਲਿੰਗ ਕਰਨੀ ਹੋਇਆ ਕਰੇਗੀ। ਦੂਜੇ ਨੰਬਰ 'ਤੇ ਸਿਮ ਕਾਰਡ ਸੰਬੰਧਿਤ ਨਿਯਮ ਵਿੱਚ ਵੀ 1 ਜੁਲਾਈ ਤੋਂ ਵੱਡਾ ਬਦਲਾਅ ਹੋਣ ਵਾਲਾ ਹੈ। ਟਰਾਈ ਨੇ ਸੁਰੱਖਿਆ ਦੇ ਲਿਹਾਜ਼ ਨਾਲ ਨਿਯਮ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਮੋਬਾਈਲ ਨੰਬਰ ਪੋਰਟੇਬਿਲਿਟੀ MNP ਨਿਯਮ ਦੇ ਵਿੱਚ ਬਦਲਾਅ ਹੋ ਰਿਹਾ ਹੈ। ਇਸ ਵਿੱਚ ਸਿਮ ਕਾਰਡ ਚੋਰੀ ਜਾਂ ਡੈਮੇਜ ਹੋਣ 'ਤੇ ਕਸਟਮਰ ਨੂੰ ਨਵੇਂ ਸਿਮ ਦੇ ਲਈ ਹੁਣ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ, ਕਿਉਂਕਿ ਪਹਿਲੇ ਸਟੋਰ ਤੋਂ ਨਵਾਂ ਸਿਮ ਕਾਰਡ ਮਿਲ ਜਾਂਦਾ ਸੀ, ਲੇਕਿਨ ਹੁਣ ਇਸਦਾ ਲੌਕਿੰਗ ਪੀਰੀਅਡ ਵਧਾ ਦਿੱਤਾ ਗਿਆ ਹੈ। ਹੁਣ 7 ਦਿਨਾਂ ਦੇ ਬਾਅਦ ਹੀ ਗ੍ਰਾਹਕ ਨੂੰ ਨਵਾਂ ਸਿਮ ਉਪਲਬਧ ਹੋਇਆ ਕਰੇਗਾ। ਹੁਣ 3 ਨੰਬਰ 'ਤੇ ਗੱਲ ਕਰਦੇ ਹਾਂ। ਪੇਟੀਐਮ ਪੇਮੈਂਟਸ ਬੈਂਕ ਨੇ ਇਨੈਕਟਿਵ ਵਾਇਲਟ 20 ਜੁਲਾਈ 2024 ਤੋਂ ਬੰਦ ਕਰ ਦਿੱਤੇ ਹਨ। ਇਸ ਦੇ ਤਹਿਤ ਪਿਛਲੇ 1 ਸਾਲ ਤੋਂ ਉਸ ਤੋਂ ਵੀ ਜ਼ਿਆਦਾ ਸਮੇਂ ਤੋਂ ਕੋਈ ਲੈਣ ਦੇਣ ਨਹੀਂ ਹੋਇਆ ਹੈ ਅਤੇ ਜਿਨ੍ਹਾਂ ਵਿੱਚ ਬੈਲੈਂਸ 0 ਹੈ ਉਹਨਾਂ ਵਾਇਲਟ ਨੂੰ ਬੰਦ ਕਰ ਦਿੱਤਾ ਜਾਏਗਾ। ਇਸ ਦੇ ਨਾਲ ਪ੍ਰਭਾਵਿਤ ਸਾਰੇ ਯੂਜਰਸ ਨੂੰ ਸੂਚਿਤ ਕਰ ਦਿੱਤਾ ਜਾਵੇਗਾ ਅਤੇ ਉਹਨਾਂ ਨੂੰ ਵਾਇਲਟ ਬੰਦ ਹੋਣ ਤੋਂ 30 ਦਿਨ ਪਹਿਲਾਂ ਜਾਣਕਾਰੀ ਦੇ ਦਿੱਤੀ ਜਾਵੇਗੀ। 4 ਨੰਬਰ 'ਤੇ ਗੱਲ ਕਰ ਲੈਂਦੇ ਹਾਂ, ਜੋ ਕਿ ਬਹੁਤ ਹੀ ਮਹੱਤਵਪੂਰਨ ਲਾਗੂ ਹੋਣ ਜਾ ਰਹੇ ਹੈ ਨਵੇਂ ਕਾਨੂੰਨ ਸਾਡੇ ਦੇਸ਼ ਅੰਦਰ। ਕੱਲ੍ਹ ਤੋਂ 1 ਜੁਲਾਈ ਤੋਂ ਸਭ ਤੋਂ ਵੱਡਾ ਬਦਲਾਅ, ਦੰਡ ਆਧਾਰਿਤ ਨਿਆਂ ਪ੍ਰਣਾਲੀ ਦੇ ਲਈ ਪੁਰਾਣੇ ਅਪਰਾਧਿਕ ਕਾਨੂੰਨਾਂ ਦੀ ਜਗ੍ਹਾ ਹੁਣ 3 ਨਵੇਂ ਅਪਰਾਧਿਕ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। 3 ਕਾਨੂੰਨ ਦੇ ਵਿੱਚ ਭਾਰਤੀ ਨਿਆਂ ਸੰਹਿਤਾ 2023 ਅਤੇ ਭਾਰਤੀ ਸਾਕਸ਼ਿਆ ਅਧਿਨਿਯਮ 2023 ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਕਾਨੂੰਨ ਸ਼ਾਮਿਲ ਹਨ, ਜੋ ਪੂਰਨ ਤੌਰ 'ਤੇ ਕੱਲ੍ਹ 1 ਜੁਲਾਈ ਤੋਂ ਦੇਸ਼ ਅੰਦਰ ਲਾਗੂ ਹੋ ਜਾਣਗੇ। ਅਤੇ 5 ਜੋ ਮਹੱਤਵਪੂਰਨ ਬਦਲਾਅ ਹੋਣ ਜਾ ਰਿਹਾ, ਆਇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੇ ਪਹਿਲੇ ਦਿਨ LPG ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਸੰਸ਼ੋਧਨ ਕਰਦੀਆਂ ਹਨ। ਇਸ ਲਈ 1 ਜੁਲਾਈ 2024 ਨੂੰ ਸਵੇਰੇ 6 ਵਜੇ ਇਹਨਾਂ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਬੀਤੇ ਕੁਝ ਸਮੇਂ ਦੇ ਵਿੱਚ ਜਿੱਥੇ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤਾਂ ਵਿੱਚ ਕਈ ਵਾਰ ਚੇਂਜ ਦੇਖਣ ਨੂੰ ਮਿਲਿਆ, ਲੇਕਿਨ ਘਰ ਦੀ ਰਸੋਈ ਦੇ ਵਿੱਚ ਇਸਤੇਮਾਲ ਹੋਣ ਵਾਲਾ 14 ਕਿਲੋਗ੍ਰਾਮ ਵਾਲਾ ਘਰੇਲੂ ਗੈਸ ਸਿਲੰਡਰ ਦੀ ਕੀਮਤਾਂ ਲੰਬੇ ਸਮੇਂ ਤੋਂ ਸਥਿਰ ਬਣੀਆਂ ਹੋਈਆਂ ਨੇ। ਅਜਿਹੇ ਵਿੱਚ ਹਾਲ ਹੀ ਵਿੱਚ ਹੋਏ ਲੋਕ ਸਭਾ ਚੋਣਾਂ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਦੇਖਰੇਖ ਦੇ ਵਿੱਚ ਨਵੀਂ NDA ਸਰਕਾਰ ਦੇ ਗਠਨ ਦੇ ਬਾਅਦ ਲੋਕਾਂ ਨੂੰ ਇਸ ਵਾਰ ਘਰੇਲੂ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਰਾਹਤ ਦੀ ਉਮੀਦ ਜ਼ਰੂਰ ਹੈ। ਤਾਂ ਇਹ ਮਹੱਤਵਪੂਰਨ ਜਾਣਕਾਰੀ, ਜੋ ਤੁਹਾਡੇ ਸਭ ਦੇ ਲਈ ਜਾਣਨੀ ਬਹੁਤ ਜ਼ਰੂਰੀ ਸੀ, ਸਾਡੇ ਵੱਲੋਂ ਪੇਸ਼ ਕੀਤੀ ਗਈ ਹੈ। ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸੋ, ਅਤੇ ਜ਼ਿਆਦਾ ਤੋਂ ਜ਼ਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ।